गाइस तुहानू ते पता ही अज इंद्र किर तो रही आ वीडियो आई, सारे ने वीडियो वेख के सिर्फ एक ही गल कही, छोटी बच्ची हो क्या? यार कोई नहीं यकीन कर रहा है, कोई मैं वीडियो वेखी यूट्यूब ते ना, आ वीडियो किसी ने पाई चैनल ते ना, ते वीडियो मैं कहना कमाल दी वेखियो, कुड़ी ने खबरां सुनाईयां ने इस वीडियो च ना, कमाल दी कमेंट्री कीती वेखियो। ਇੰਦਰ ਸਰਾਉਂ ਤੇ ਗੁਰਕਿਰਤ ਰੰਧਾਵਾ ਦੇ ਸੈਪਰੇਟ ਹੋਣ ਵਾਲੀ ਗੱਲ ਬਹੁਤੀ ਤੇਜ਼ੀ ਨਾਲ ਵਾਇਰਲ ਹੁੰਦੀ ਪਈ ਹੈ। ਬਹੁਤੇ ਲੋਕਾਂ ਨੂੰ ਇੰਦਰ ਤੇ ਕਿਰਤ ਦੀਆਂ ਗੱਲਾਂ ਤੇ ਯਕੀਨ ਨਹੀਂ ਹੈ ਕਿਉਂਕਿ ਅੱਜ ਤੋਂ ਪਹਿਲਾਂ ਇੰਦਰ ਤੇ ਕਿਰਤ ਬਹੁਤ ਵਾਰੀ ਲੋਕਾਂ ਨੂੰ ਬੇਵਕੂਫ ਬਣਾ ਚੁੱਕੇ ਨੇ। ਇੰਦਰ ਸਰਾਉਂ ਨੇ ਆਪਣੇ ਵਲੌਗ ਵਿੱਚ ਕਿਹਾ ਸੀ, ਤੁਸੀਂ ਸਾਰੇ ਸਾਡਾ ਬਹੁਤ ਸਾਥ ਦਿੱਤਾ, ਸਾਡੀ ਤਾਰੀਫ ਕੀਤੀ। ਸਾਨੂੰ ਇੰਦਰ ਤੇ ਕਿਰਤ ਦੀਆਂ ਇਹ ਗੱਲਾਂ ਤੇ ਬਾਲਾ ਯਕੀਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਕਿਸੇ ਵੀ ਟਾਈਮ ਮੁੱਕਰ ਸਕਦੇ ਨੇ। ਹੋਪ ਗਾਇਸ ਤੁਹਾਨੂੰ ਵੀਡੀਓ ਪਸੰਦ ਆਈ। ਕਿਸੇ ਵੀ ਟਾਈਮ ਮੁੱਕਰ ਸਕਦੇ ਨੇ, ਓਹੋ ਇੰਨੀ ਬੇਇੱਜ਼ਤੀ ਭੈਣ ਚ ਸ਼ਰਮ। ਹੁਣ ਵੇਖ ਲੈਨੇ ਅੱਜ ਜਿਹੜੀ ਵੀਡੀਓ ਪਾਈ ਏ, ਕਿ ਤੁਸੀਂ ਟਾਈਟਲ ਦੇਖ ਹੀ ਲਿਆ ਹਨਾ? ਨਹੀਂ ਨਹੀਂ ਅਸੀਂ ਨਹੀਂ ਵੇਖਿਆ ਇੰਦਰ ਭਾਜੀ, ਅਸੀਂ ਅੰਨੇ ਆ, ਸਾਰੇ ਅੰਨੇ ਆ। ਤੇ ਫੈਮਿਲੀ ਨੂੰ ਵੀ ਇਨਕਲੂਡ ਕੀਤਾ ਸੀਗਾ, ਬਟ ਕੁਝ ਕੁਝ ਵੀ ਕੰਮ ਨਹੀਂ ਕਰ ਰਿਹਾ ਸੀਗਾ। ਕੀ ਨਹੀਂ ਕੰਮ ਕਰ ਰਿਹਾ ਸੀ ਇੰਦਰ ਭਾਜੀ? ਮੈਨੂੰ ਦੱਸੋ ਕੀ ਨਹੀਂ ਕਰ ਰਿਹਾ ਸੀ? ਇੱਕ ਬਾਬਾ ਹੈ ਇੰਟਰਨੈਟ ਤੇ, ਆ ਜਿਹੜਾ ਨਾ ਜਿਹਦੀ ਮਤਲਬ ਕਿ ਤੁਹਾਨੂੰ ਸਮਝ ਗਏ, ਮਰਦ ਵਾਲੇ ਜਿਹਨੂੰ ਪ੍ਰੋਬਲਮ ਨਹੀਂ ਆ, ਜਿਹਦੀ ਸਮਝ ਗਿਆ ਮੇਰਾ ਭਰਾ। ਆ ਬਾਬੇ ਨੂੰ ਫੋਨ ਕਰ ਯਾਰ, ਕੋਈ ਇਹ ਤਾਂ ਨਹੀਂ ਚੱਕਰ ਮਤਲਬ ਸੈਕਸ ਪ੍ਰੋਬਲਮ ਤੇ ਨਹੀਂ? ਥੋੜੀ ਮਰਦਾ ਤਾਂ ਰੱਖੀਏ। ਲੈ ਹਾ ਗੱਲ ਕਰਨ ਵਾਲੀ, ਥੋੜੀ ਜਿਹੀ ਮੁਰਾਦ ਰੱਖੇ, ਮੈਂ ਕੋ ਗੱਲ ਕੱਢੀ, ਮੈਂ ਤੇ ਉਹਨੂੰ ਐਜ਼ ਅ ਸਬਸਕ੍ਰਾਈਬਰ, ਐਜ਼ ਅ ਬ੍ਰਦਰ ਸਮਝਾ ਰਿਹਾ ਵੀ ਜੇ ਵਾਕੇ ਕੋਈ ਪ੍ਰੋਬਲਮ ਹੈ ਬਾਬੇ ਨੂੰ ਕੰਟੈਕਟ ਕਰ ਲੈ, ਇਹ ਲੁੱਲੀਆਂ ਖੜੀਆਂ ਕਰ ਛੱਡਦੇ। ਹੁਣ ਮੈਂ ਕੀ ਕਹਾਂ ਉਹਨੂੰ? ਮੈਂ ਮੈਸੇਜ ਦਾ ਜਵਾਬ ਨਹੀਂ ਦਿੰਦਾ, ਨਾ ਇੰਸਟਾਗ੍ਰਾਮ ਤੇ ਨਾ ਕਮੈਂਟਾਂ 'ਚ, ਮੈਂ ਵਾਕੇ ਪੜਦੇ ਨਾਲ ਗੱਲ ਕਰਨਾ ਚਾਹੁੰਦਾ ਸੀ, ਪਰ ਹੁਣ ਮੇਰੇ ਕੋਲ ਜ਼ਰੀਆ ਨਹੀਂ ਹੈ। ਵੀਡੀਓ 'ਚ ਮੈਂ ਸਮਝਾ ਸਕਦਾ ਵੀ ਕੋਈ ਮਰਦਾਂ ਵਾਲੀ ਇੰਦਰ ਭਾਜੀ ਕੋਈ ਪ੍ਰੋਬਲਮ ਹੈ, ਕੋਈ ਲੁੱਲੀ ਨਹੀਂ ਖੜੇ ਹੁੰਦੀ, ਜੇ ਇਸ ਕਰਕੇ ਭਾਬੀ ਛੱਡ ਕੇ ਜਾ ਰਹੀ ਹੈ ਤੇ ਇਹਨੂੰ ਫੋਨ ਕਰ ਲੈ, ਇਹ ਬਾਬੇ ਕੋਲ ਹੈ, ਇਹ ਸੁੱਤੀਆਂ ਲੁੱਲੀਆਂ ਖੜੀਆਂ ਕਰ ਛੱਡਦਾ। ਕੁਛ ਰਹਿੰਦੇ ਵੀ ਸੀਗੇ, ਬਟ ਕਈ ਚੀਜ਼ਾਂ ਆਪਣੇ 'ਚ ਇੱਦਾਂ ਦੀਆਂ ਬਣ ਜਾਂਦੀਆਂ ਨੇ, ਇੱਦਾਂ ਦੀਆਂ ਚੀਜ਼ਾਂ ਕਿਹੜੀ? ਜਿੰਦਰ ਭਾਈ ਖੁੱਲ੍ਹ ਕੇ ਗੱਲ ਦੱਸੋ ਹਾਂ ਯਾਰ, ਕੀ ਪਤਾ ਤੁਹਾਡੇ ਸਬਸਕ੍ਰਾਈਬਰ ਇੰਨੇ ਨੇ, 4-4.5 ਲੱਖ ਬੰਦਾ ਤੁਹਾਨੂੰ ਵੇਖਦਾ, ਅਸੀਂ ਹਾਂ ਹੋਰ ਬੜੇ ਬੰਦੇ ਨੇ, ਥੋੜ੍ਹੀ ਜਿਹੀ ਖੁੱਲ੍ਹ ਕੇ ਗੱਲ ਦੱਸੋ, ਕੀ ਪਤਾ ਕੋਈ ਹਾਲ ਹੀ ਕੱਢਦੀ ਹੈ? ਹੈ ਹੋ ਸਕਦਾ ਤੁਹਾਨੂੰ ਕੋਈ ਮਰਦਾਂ ਨਾਲ ਪ੍ਰੋਬਲਮ ਨਾ ਹੋਵੇ, ਕੋਈ ਹੋਰ ਪ੍ਰੋਬਲਮ ਹੋਵੇ, ਖੁੱਲ੍ਹ ਕੇ ਗੱਲ ਦੱਸੋ ਥੋੜ੍ਹੀ ਜਿਹੀ। ਵੀ ਅਸੀਂ ਨਹੀਂ ਚਾਹੁੰਦੇ ਹਨਾ ਵੀ ਕੋਈ ਬਾਅਦ 'ਚ ਵੀਡੀਓਸ ਬਣਾ ਕੇ ਸਾਡੇ ਬਾਰੇ ਗੱਲਾਂ ਕਰੇ। ਨਹੀਂ ਨਹੀਂ ਇੰਦਰ ਭਾਈ, ਅਸੀਂ ਨਹੀਂ ਗੱਲਾਂ ਕਰਦੇ, ਸੱਚੀ ਗੱਲ ਹੈ, ਮੈਨੂੰ ਬਹੁਤ ਦੁੱਖ ਲੱਗਾ, ਮੈਂ ਨਹੀਂ ਕਦੀ ਵੀ ਚਾਹੁੰਦਾ ਵੀ ਤੁਸੀਂ ਯਾਰ ਵੱਖ ਹੋਵੋ, ਤੁਸੀਂ ਇਕੱਠੇ ਰਹੋ, ਇਕੱਠੇ ਆਵੋ ਵਿਦ ਗੁੱਡ ਕੰਟੈਂਟ ਐਂਡ ਸਮ ਲੌਜੀਕ। ਤੋ ਸਾਨੂੰ ਦੇਖ ਕੇ ਕਾਫੀ ਲੋਕ ਮੋਟੀਵੇਟ ਨੇ, ਕਾਫੀ ਲੋਕ ਖੁਸ਼ ਵੀ ਰਹਿੰਦੇ ਆ, ਕਪਲਸ ਵੀ ਹਨਾ, ਉਹ ਕਿੰਨੇ ਖੁਸ਼ ਰਹਿੰਦੇ ਆ ਵੀ ਆਪਾਂ ਕੋਈ ਖੁਸ਼ ਰਹੀਏ, ਤੇ ਅਸੀਂ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੁੰਦੇ ਸੀ ਜਿਹੜੇ ਵੀ ਸਾਨੂੰ ਪਿਆਰ ਕਰਦੇ ਸੀ। ਤੁਸੀਂ ਦਿਲ ਦਿਖਾ ਰਹੇ ਹੋ ਇੰਦਰ ਭਾਜੀ, ਜਦੋਂ ਤੁਸੀਂ ਆਹ ਵੀਡੀਓ ਨੇ ਅੱਜ ਪਾਈ ਆਪਣੀ ਜਿਹਦੇ 'ਚ ਲੁੱਚ ਘੁੱਚ ਮਾਰ ਰਹੇ ਹੋ ਡਿਵੋਰਸ ਵਾਲੀ, ਲੋਕਾਂ ਨੇ ਕਮੈਂਟ ਬੜੇ ਕੀਤੇ ਨੇ, ਚਲੋ ਇਹਦੇ ਥੱਲੇ ਤੁਸੀਂ ਔਫ ਕੀਤੇ ਨੇ, ਤੁਹਾਨੂੰ ਵੀ ਪਤਾ ਤੁਸੀਂ ਕਿਹੜਾ ਰੋਟੀ ਦੀ ਚੋਜੀ ਕਹਿੰਦੇ ਹੋ, ਪੜ੍ਹਦੇ ਤੇ ਤੁਸੀਂ ਪਏ ਚੋਰੀ ਚੋਰੀ ਸਾਰੇ ਕਮੈਂਟ, ਪਰ ਲੋਕ ਵਾਕੇ ਤੁਹਾਡੇ ਤੋਂ ਬੜੇ ਪਰੇਸ਼ਾਨ ਨੇ। ਪਰੇਸ਼ਾਨ ਦਾ ਮਤਲਬ ਹੈ ਕਿ ਤੁਹਾਨੂੰ ਚਾਹਣ ਵਾਲੇ, ਤੁਸੀਂ ਉਹਨਾਂ ਨੂੰ ਹਟ ਕੀਤਾ। ਵੇਖੋ ਇੰਦਰ ਐਂਡ ਕਿਰਤ, ਪਲੀਜ਼ ਡੋਂਟ ਡੂ ਦਿਸ ਟਾਈਪ ਆਫ ਪ੍ਰੈਂਕਸ, ਵੀ ਨੋ ਵੈਰੀ ਵੈਲ, ਨੈਕਸਟ ਵੀਡੀਓ ਵਿੱਚ ਰਿਵੀਲ ਕਰੋਗੇ ਕਿ ਦੈਟ ਵਾਸ ਪ੍ਰੈਂਕ, ਸੋ ਪਲੀਜ਼ ਡੋਂਟ ਹਰਟ ਐਨੀਮਨ ਹੂ ਲਵਸ ਯੂ ਸੋ ਮੱਚ ਔਰ ਲਿਵਿੰਗ ਡ੍ਰੀਮ ਲਾਈਫ ਵਿਦ ਵਾਚਿੰਗ ਯੂਅਰ ਵਲੌਗਸ, ਸੋ ਗੋਡ ਬਲੈਸ ਯੂ ਫੋਰ ਐਵਰ। ਬਾਬਾ ਜੀ ਤੁਹਾਨੂੰ ਉਹਨਾਂ ਨੂੰ ਖੁਸ਼ ਰੱਖੇ, ਹਮੇਸ਼ਾ ਇਕੱਠੇ ਰਹੋ, ਐਂਡ ਪਲੀਜ਼ ਪੁੱਟ ਔਨ ਯੂਅਰ ਇੰਸਟਾਗ੍ਰਾਮ ਸਟੋਰੀ ਕਿ ਦੈਟ ਇਜ਼ ਪ੍ਰੈਂਕਸ, ਪਲੀਜ਼ ਡੂ ਫਾਸਟ, ਡੂ ਫਾਸਟ, ਡੂ ਫਾਸਟ ਇੰਦਰ ਜੀ, ਡੂ ਫਾਸਟ ਇੰਸਟਾਗ੍ਰਾਮ 'ਤੇ ਸਟੋਰੀ ਪਾਓ, ਦੱਸੋ ਕਿ ਪ੍ਰੈਂਕ। ਪਤਾ ਕਿੰਨੇ ਬੰਦੇ, ਇੱਕ ਮੈਨੂੰ ਫਰੈਸ਼ ਵੀ ਦੱਸਦਾ ਪਿਆ ਫੋਨ 'ਤੇ, ਕਹਿੰਦਾ ਮੈਨੂੰ ਮੈਂ ਨਾ ਇੰਸਟਾਗ੍ਰਾਮ ਉੱਤੇ ਇੱਕ ਕੁੜੀ ਦਾ ਨਾ ਕਮੈਂਟ ਵੇਖਿਆ ਇੰਦਰ ਕਿਰਤ ਦੀ ਪ੍ਰੋਫਾਈਲ ਥੱਲੇ, ਉਹ ਸੁੱਤਾ ਹੋਣਾ, ਨਹੀਂ ਤਾਂ ਉਹਨੂੰ ਮੈਂ ਕਿਹਾ ਸਕਰੀਨਸ਼ੋਟ ਮੈਨੂੰ ਵੀ ਪਾਈ, ਮੈਂ ਵੀ ਐਡ ਕਰਾਂਗਾ, ਪਰ ਸੁੱਤਾ ਹੋਣ। ਉਹਦੇ 'ਚ ਲਿਖਿਆ ਸੀ ਵੀ ਮੇਰੇ ਨਾਲ ਕੱਲ੍ਹ ਪੇਪਰ ਨੇ, ਇਗਜ਼ਾਮ ਏ, ਤੁਹਾਡੀ ਕੋਈ ਫੈਨ ਏ ਸਬਸਕ੍ਰਾਈਬਰ ਏ, ਉਹ ਕਹਿੰਦੀ ਮੇਰੇ ਨਾ ਕੱਲ੍ਹ ਇਗਜ਼ਾਮ ਏ ਅਤੇ ਅੱਜ ਮੈਂ ਤੁਹਾਡਾ ਵਲੌਗ ਵੇਖ ਕੇ ਨਾ ਪੜ੍ਹਨਾ ਸੀ, ਮੇਰਾ ਗੁੱਡ ਮੂਡ ਹੁੰਦਾ, ਪਰ ਤੁਸੀਂ ਮੇਰਾ ਹੁਣ ਮੂਡ ਆਫ ਕਰਤਾ, ਮੇਰੇ ਕੋਲ ਕੱਲ੍ਹ ਇਗਜ਼ਾਮ ਨਹੀਂ ਦੇਣਾ। ਇੱਥੇ ਤੱਕ ਲੋਕਾਂ ਦੀਆਂ ਫੀਲਿੰਗਾਂ ਤੁਹਾਡੇ ਨਾਲ ਅਟੈਚ ਨੇ, ਪਰ ਤੁਸੀਂ ਇੱਦਾਂ ਉਹਨਾਂ ਦੀ ਫੀਲਿੰਗ ਨਾਲ ਖੇਡ ਰਹੇ ਹੋ, ਦੈਟਸ ਨੋਟ ਗੁੱਡ। ਸਾਰੇ ਮੈਸੇਜ ਕਰ ਦਿੰਦੇ ਸਵੀਟ ਕਪਲ, ਕਿਊਟ ਕਪਲ, ਹਨਾ? ਸਾਰੇ ਨਹੀਂ, ਨਾ ਭਾਈ ਝੂਠ ਨਾ ਬੋਲ, ਸਾਰੇ ਨਹੀਂ, ਕੁਛ ਲੋਕੀ ਗਾਲਾਂ ਵੀ ਕੱਢਦੇ ਸੀ, ਸਾਰੇ ਨਹੀਂ। ਤੇ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਵੀ ਅਸੀਂ ਸੈਪਰੇਟ ਹੋ ਰਹੇ ਹਾਂ। ਅੱਛਾ ਜੀ, ਪਹਿਲਾਂ ਵੀ ਸੈਪਰੇਟ ਹੁੰਦੇ ਰਹੇ ਹੋ? ਵਾਹ, ਇਹ ਤਾਂ ਫਿਰ ਚਲ ਨਾਰਮਲ ਗੱਲ ਹੋਣੀ ਤੁਹਾਡੇ ਵਾਸਤੇ। ਯਾ ਆਈ ਥਿੰਕ ਬਾਲੀ ਕੰਟਰੀਸ 'ਚ ਇਹ ਚੀਜ਼ਾਂ ਜ਼ਿਆਦਾ ਕਾਮਨ ਨੇ। ਬਿਲਕੁਲ ਬਿਲਕੁਲ, ਨਾਲੇ ਤੁਸੀਂ ਤਾਂ ਹੈ ਵੀ ਇੱਥੇ ਦੇ ਬੋਰਨ, ਤੁਹਾਡੇ ਵਾਸਤੇ ਤਾਂ ਕਾਮਨ ਇਹ ਚੀਜ਼ਾਂ ਨਾਰਮਲ। ਯਾ ਯਾ, ਯੂ ਯੂ ਗਾਇਸ ਗੋਰਾ ਗੋਰਾ ਸੱਟ, ਯੂ ਨੋ। ਅਸੀਂ ਸਹਿਮਤੀ ਨਾਲ ਸੈਪਰੇਟ ਹੋ ਰਹੇ ਹਾਂ ਵੀ ਸਾਨੂੰ ਕੋਰਟ ਕਚਾਈਆਂ ਦੇ ਜ਼ਿਆਦਾ। ਅੱਛਾ ਚਲ, ਆਪੋ ਮਾਸੀ ਵੇਖ ਕਿੱਡੀ ਨੇ ਭੋਲੀ ਬਣੀ, ਬੜੀ ਐਕਟਿੰਗ ਕਰ ਰਹੀ, ਪੂਰੀ ਸੀਰੀਅਸ ਹੋਈ ਹੈ, ਹੈ ਪੂਰਾ ਮੇਕਅਪ ਕੀਤਾ ਨਾ ਥੱਲੇ, ਤੂੰ ਅੱਖ ਵੀ ਸਜਾਈ ਮਾੜੀ ਜਿਹੀ, ਵੀ ਜਿੱਦਾਂ ਰਾਤ ਦੀ ਬੜੀ ਪਰੇਸ਼ਾਨ ਹੁੰਦੀ ਪੂਰੀ। ਮੈਂ ਪਹਿਲਾਂ ਵੀ ਗੱਲ ਕਰ ਰਿਹਾ ਕਿਸੇ ਬੰਦੇ ਨਾਲ, ਮੈਂ ਕਿਹਾ ਨਵਾਜ਼ੂਦੀਨ ਸਦੀਕੀ ਨੂੰ ਐਕਟਿੰਗ ਦੇ ਮਾਮਲੇ 'ਚ ਮਾਈਕਲ ਜੈਕਸਨ ਨੇ ਪਿੱਛੇ ਛੱਡ ਦਿੱਤਾ, ਐਡੀ ਤਕੜੀ ਐਕਟਿੰਗ ਕਿੱਦਾਂ ਬਣ ਗਏ, ਵੇਖ ਕਿੱਡੀ ਭੋਲੀ 'ਚ ਬਣ ਗਏ। ਮਤਲਬ ਕਾਫੀ ਦੇਰ ਤੋਂ ਸਾਡੀ ਕੁਝ ਚੀਜ਼ਾਂ ਤੇ ਬਿਲਕੁਲ ਸਹਿਮਤ ਹੀ ਨਹੀਂ ਹੁੰਦੀ ਸੀ, ਹਨਾ? ਕਿਹੜੀਆਂ ਗੱਲਾਂ ਤੇ ਸਹਿਮਤ ਨਹੀਂ ਸੀ ਹੁੰਦੀ? ਥੋੜੀ ਜਿਹੀ ਖੁੱਲ੍ਹ ਕੇ ਗੱਲ ਦੱਸੋ ਨਾ ਵੀ
ਜਿਆਦਾ ਨਹੀਂ ਤੰਗ ਕਰੀ ਦਿੰਦਾ, ਮੂਡ ਵੇਖੀ ਦਿੰਦਾ ਜਨਾਨੀ ਦਾ, ਖੋਤੀ ਦੇ ਬੱਚੇ ਤੈਨੂੰ ਵੀ ਕੌਣ ਸਮਝਾਵੇ। ਬਟ ਅਸੀਂ ਦੱਸਦੇ ਰਹੇ ਹਾਂ ਹਮੇਸ਼ਾ, ਕਾਫੀ ਵਲੌਗਸ 'ਚ ਦੱਸਿਆ ਵੀ ਹੈ ਵੀ ਸਾਡੀਆਂ ਲੜਾਈਆਂ ਹੁੰਦੀਆਂ ਨੇ, ਬਟ ਅਸੀਂ ਸੌਰਟ ਆਊਟ ਕਰ ਲੈਂਦੇ ਹਾਂ, ਕਈ ਹੋ ਵੀ ਜਾਂਦੀਆਂ ਸੀ, ਕਈ ਬਹੁਤ ਜ਼ਿਆਦਾ ਵੱਧ ਵੀ ਜਾਂਦੀਆਂ ਸੀ। ਕਿੱਦਾਂ ਮਤਲਬ ਕਿ ਵੱਧ ਜਾਂਦੀ ਸੀ ਭਾਬੀ, ਪਿੱਛੇ ਚਾਕੂ ਲੈ ਕੇ ਪੈ ਜਾਂਦੀ ਸੀ ਕੀ, ਕਿੱਦਾਂ ਮਤਲਬ ਵੱਜਦੇ, ਕੋਈ ਤਵਾ ਤੁਵਾ ਕੋਈ ਵੇਲਣ ਵਗਾਤਾ ਮਾਰਦੀ ਸੀ, ਖੁੱਲ ਕੇ ਗੱਲ ਦੱਸ ਯਾਰ, ਖੁੱਲ ਕੇ ਨੇ ਗੱਲ ਦੱਸਦੇ ਪਏ ਬੱਚਿਆਂ ਵਿੱਚ ਆਊਟ ਆਊਟ ਜੋ ਮਨ ਇੱਥੇ ਖੁੱਲ ਕੇ ਯਾਰ ਗੱਲ ਦੱਸੋ, ਕਿਉਂ ਤੂੰ ਲੜਦੇ ਹੋ, ਕਿਉਂ ਝਗੜਾ ਕਰਦੇ ਹੋ, ਪ੍ਰੈਂਕ ਕਰਦੇ ਹੋ, ਕੀ ਗੱਲ ਹੈ, ਖੁੱਲ ਕੇ ਦੱਸੋ। ਮਤਲਬ ਅਸੀਂ ਹੁਣ ਨਹੀਂ ਰਹਿ ਸਕਦੇ ਹਨਾ ਇਕੱਠੇ, ਕਿਉਂ ਨਹੀਂ ਰਹਿ ਸਕਦੇ, ਵਜ੍ਹਾ ਦੱਸੋ ਕੀ ਗੱਲ, ਇੰਦਰ ਗੰਦੇ ਪਦ ਮਾਰਦਾ ਕਿ ਜਾਂ ਤੂੰ ਫੁਸੀਆਂ ਮਾਰਦੀ ਗੰਦੀਆਂ, ਮੈਨੂੰ ਦੱਸੋ ਸਹੀ, ਕੰਬਲ ਲਾ ਲਿਆ ਕਰੋ, ਜਦੋਂ ਕੋਈ ਪਦ ਮਾਰਦਾ ਨਾ ਦੋਨਾਂ ਕਪਲਾਂ 'ਚ ਕਿਸੇ ਨੇ ਫੁਸੀ ਮਾਰ ਛੱਡੀ ਪਦ, ਕੰਬਲ ਲਾ ਲਈ ਦਿੰਦਾ ਮੂੰਹ ਤੂੰ, ਇਹ ਗੱਲਾਂ ਪਿੱਛੇ ਲੜਦੇ ਪਏ ਹੋ। ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਕਹਾਂ, ਇਟ ਇਜ਼ ਵੈਰੀ ਹਾਰਡ। ਹਾਰਡ ਕੁਛ ਨਹੀਂ ਹੁੰਦਾ, ਹਾਰਡ ਸਿਰਫ ਲਿੰਡਾ ਹੁੰਦਾ ਜਿਹੜਾ ਸਵੇਰੇ ਬੜੀ ਮੁਸ਼ਕਲ ਨਾਲ ਆਉਂਦਾ, ਕੁਛ ਨਹੀਂ ਹਾਰਡ ਹੁੰਦਾ ਜ਼ਿੰਦਗੀ 'ਚ, ਸਾਰਾ ਕੁਛ ਪੋਸੀਬਲ ਹੈ, ਨਥਿੰਗ ਇਜ਼ ਇੰਪੋਸੀਬਲ। ਮਤਲਬ ਕਿ ਅੱਗੇ ਅਸੀਂ ਐਜ਼ ਅ ਕਪਲ ਰਹਿ ਸਕਦੇ ਹਾਂ, ਐਜ਼ ਅ ਫਰੈਂਡ ਰਹਿ ਲਓ, ਐਜ਼ ਅ ਭੈਣ ਭਾਈ ਰਹਿ ਲਓ, ਜਿਵੇਂ ਕਪਲ ਨੂਰਲਾ ਦੇ ਘਰ ਰਹਿ ਰਹੇ ਨੇ, ਹੈ ਉੱਧਰ ਰਹਿ ਲਓ ਭੈਣ ਭਾਈ, ਐਜ਼ ਦੁਨੀਆ ਦੇ ਸਾਹਮਣੇ ਐਜ਼ ਅ ਕਪਲ ਨਹੀਂ ਤੇ ਰਹਿਣਾ। ਪਲੀਜ਼ ਕੋਈ ਕੰਟੈਕਟ ਕਰਨ ਦੀ ਕੋਸ਼ਿਸ਼ ਨਾ ਕਰਿਓ, ਕਿਉਂਕਿ ਅਸੀਂ ਪਹਿਲੀ ਹੀ ਨੇ ਟੁੱਟੇ ਪਏ ਹਾਂ, ਹਰੇਕ ਨੂੰ ਆਨਸਰ ਦੇਣਾ ਇਸ ਟਾਈਮ ਤੇ ਬਹੁਤ ਮੁਸ਼ਕਲ ਹੁੰਦਾ। ਮੈਂ ਪੂਰੀ ਵੀਡੀਓ 'ਚ ਜੁੱਤੀ ਨਹੀਂ ਫੇਰੀ, ਪਰ ਹੁਣ ਮੈਂ ਤੇਰੀ ਇਸ ਗੱਲ 'ਤੇ ਜ਼ਰੂਰ ਜੁੱਤੀ ਫੇਰਨੀ, ਫਿਰ ਝੂਠ ਬੋਲਦਾ ਪਿਆ ਵੀ ਅਸੀਂ ਟੁੱਟੇ ਹਾਂ, ਸਾਨੂੰ ਕੋਈ ਮੈਸੇਜ ਨਾ ਕਰੇ, ਬੇ ਫੋਦੂਆ ਇੰਸਟਾਗ੍ਰਾਮ 'ਚ ਕੋਈ ਇਹਨਾਂ ਨੂੰ ਲਿਖੇ ਨਾ, ਜਵਾਬ ਨਹੀਂ ਦਿੰਦੇ। ਇਸ ਵੀਡੀਓ 'ਚ ਤਲਾਕ ਵਾਲੀ ਵੀਡੀਓ 'ਚ ਐਡਾ ਲਾਉਣ ਵਾਸਤੇ ਟਾਈਮ ਹੈ ਵੇ, ਵਿੱਚ ਐਡਾ ਲਾਈਆਂ ਭਾਜੀ ਨੇ, ਜੇ ਸਾਲਾ ਐਡਾ ਮਾਮਲਾ ਸੀਰੀਅਸ ਹੈ, ਘਰ ਵਾਲੀ ਤੇਰੀ ਰੋਂਦੀ ਪਈ, ਜਿਹੜਾ ਬੰਦਾ ਵਾਕਈ ਸੀਰੀਅਸ ਹੋਵੇ, ਜਿਹਦੇ ਉੱਤੇ ਤਲਾਕ ਦੀ ਨੁਬਤ ਆਈ ਹੋਵੇ ਨਾ, ਉਹਨੂੰ ਭੈਣ 'ਚ ਪਾਣੀ ਵੀ ਨਹੀਂ ਲੰਘਦਾ, ਰੋਟੀ ਵੀ ਨਹੀਂ ਲੰਘਦੀ, ਅਤੇ ਇਹ ਐਡਾ ਲਾ ਰਿਹਾ ਭਾਜੀ, ਇਸ ਵੀਡੀਓ 'ਚ ਐਡਾ ਲਾ ਰਹੇ ਨੇ, ਅਤੇ ਮੁੜ ਕੇ ਸਟੇਟਸ ਪਾ ਰਹੇ ਨੇ ਗੁਰਕਿਰਤ ਦੀ ਰੰਧਾਵਾ, ਅਤੇ ਜਾ ਕੇ ਵੀ ਮੇਰਾ ਵਲੋਗ ਚੈੱਕ ਕਰੋ, ਅਤੇ ਤੂੰ ਚੂਤੀਆ ਬਣਾ ਰਿਹਾ ਵੀ ਇੰਸਟਾਗ੍ਰਾਮ 'ਤੇ ਗਾਈ, ਸਾਨੂੰ ਮੈਸੇਜ ਨਾ ਕਰਿਓ, ਅਸੀਂ ਪਹਿਲਾਂ ਹੀ ਟੁੱਟੇ ਹੋਏ, ਸਿੱਧਾ ਹੋ, ਸਿੱਧਾ ਹੋ ਭੈਣ 'ਚ, ਤਾਂ ਇੱਕ ਬੰਦੇ 'ਤੇ ਮੈਂ ਹੋਰ ਜੁੱਤੀ ਫੇਰ ਜਾਂ, ਕਿਉਂਕਿ ਅੱਜ ਦਾ ਜਿਹੜਾ ਛੋਟਾ ਹੀ ਸੀ, ਬਸ ਐਵੇਂ ਰਿਐਕਸ਼ਨ, ਜੇ ਤੁਸੀਂ ਭਰਾ ਦੀ ਮਜਬੂਰੀਆਂ ਸਮਝਿਆ ਕਰੋ ਨਾ, ਮੈਂ ਤਾਂ ਦੂਜੇ ਤੀਜੇ ਦਿਨ ਬਾਅਦ ਇਹਨਾਂ ਦੀ ਵੀਡੀਓ ਪਾਵਾਂ, ਇੰਨੀ ਕੁ ਤਾਂ ਮੈਨੂੰ ਭਾਜ, ਮੈਂ ਅੱਧੇ ਘੰਟੇ 'ਚ ਬਣਾਉਂਦਾ ਸੀ ਇੱਦਾਂ ਦੀਆਂ ਵੀਡੀਓ 'ਤੇ। ਕਈ ਬੰਦਿਆਂ ਨੂੰ ਬੜੀ ਪ੍ਰੋਬਲਮ ਹੈ ਤੇਰੇ ਤੁਹਾਡੇ ਭਰਾ ਦੀ ਅਸੀਂ ਜੁੱਤੀ, ਤੂੰ ਇਹ ਜੁੱਤੀ 'ਤੇ ਇੱਦਾਂ ਹੀ ਵਰਾਂਦਾ ਰਹੇਗਾ ਇਟਲੀ ਆ, ਇਹ ਨਹੀਂ ਰੁਕਦੀ, ਉਹ ਕਿੱਥੇ ਗਈ ਖੋਤੀ ਦਿਓ, ਮੈਂ ਤੁਹਾਨੂੰ ਨਾ ਇੱਕ ਜਾਂਦੇ ਜਾਂਦੇ ਕਰਤੂਤ ਦਿਖਾ ਜਾ ਅੱਜ ਦੀ, ਮਿਸਟਰ ਐਂਡ ਮਿਸਿਸ ਬਾਬਾ ਦੀ, ਆ ਲਓ ਆ ਲਓ, ਇਹ ਕੀ ਕਰ ਰਹੇ ਨੇ, ਚੁੰਮਾ ਚੱਟਾ ਕਰ ਰਹੇ ਨੇ, ਆ ਲਓ ਲਓ, ਵੇਖੀ ਜਾਓ ਵੇਖੀ ਜਾਓ ਕਿੰਨੀ, ਫਿਰ ਕਹਿੰਦਾ ਸਾਨੂੰ ਗਾਲਾਂ ਕੱਢਦਾ ਇਹ ਬੰਦਾ, ਕਹਿੰਦਾ ਨਹੀਂ ਪਿਆ ਸੀ ਸਾਨੂੰ ਗਾਲਾਂ ਕੱਢਦੇ, ਤੂੰ ਗਾਲਾਂ ਨਾ ਕੱਢਿਆ ਕਰ, ਫਣੀ ਰੋਸਟ ਕਰ ਲਿਆ ਕਰ, ਇਹਦੇ ਤੋਂ ਮੈਂ ਫਣੀ ਕੀ ਕਹਾਂ ਇਹਨੂੰ, ਦੱਸੋ ਤੁਸੀਂ ਦੱਸੋ, ਵਾਹ ਕਿੰਨੀ ਵਧੀਆ ਭਾਬੀ ਨੇ ਚੁੰਮੀ ਲਿੱਤੀ ਆ, ਭਾਬੀ ਦੇ ਚੂਤੀ ਚੱਲੀ ਭਰਾ ਸਾਡੇ ਨੂੰ, ਲਿਪਸਟਿਕ ਤਾਂ ਨਹੀਂ ਲਾਈ ਭਾਬੀ, ਉਹ ਦਿਖਾ ਇੱਧਰ, ਲੱਗ ਗਈ ਭਾ, ਉਹ ਤੇਰੇ ਬੁੱਲਾਂ 'ਤੇ ਲੱਗ ਗਈ ਲਿਪਸਟਿਕ ਭਾਬੀ ਦੀ, ਵਾਹ ਕਹਿੰਦਾ ਮਜ਼ਾ ਆਇਆ ਜੀ ਚੁੰਮੀ ਲਈ ਹੋਣੀ ਬੁੱਲਾਂ ਤੂੰ, ਕੰਮ ਵਿਗੜ ਰਿਹਾ ਮਿੱਤਰੋ, ਕੰਮ ਵਿਗੜ ਰਿਹਾ, ਆਹ ਵੇਖੋ ਕੰਮ ਵਿਗੜ ਰਿਹਾ, ਲੋ ਪੰਜਾਬੀ ਕੁੜੀ ਏ, ਹਲੋ ਥੱਲੂ ਕੀ ਲੱਭ ਰਹੇ ਨੇ, ਕੰਮ ਵਿਗੜ ਰਿਹਾ, ਤੁਹਾਨੂੰ ਦੱਸਿਆ ਕੰਮ ਵਿਗੜ ਰਿਹਾ, ਇਹ ਤਾਂ ਇੰਨੇ ਬੜੀ ਹੱਥ ਚੱਕੀ ਏ। ਇਹਦੀ ਵੀ ਕਿਸੇ ਦਿਨ ਚਿੱਤਰ ਛੇਕਦਾ, ਇਹਨੇ ਬਿਗ ਬੋਸ 'ਚ ਜਾਣਾ, ਜਿਹੜੇ ਇੱਕ ਦੋ ਬੰਦੇ ਨੇ ਮੇਰੇ ਨਾਲ ਬੜੇ ਪੰਗੇ ਲੈ ਰਹੇ ਨੇ, ਪਤਾ ਕਦੋਂ ਲੈ ਰਹੇ ਨੇ, ਬਿਨਾਂ ਮਤਲਬ ਤੋਂ, ਮੈਂ ਜਾਣਦਾ ਨਹੀਂ, ਬਿਗ ਬੋਸ 'ਚ ਜਾਣਾ, ਔਫਰ ਆਈ ਇੱਕ ਦੋ ਬੰਦਿਆਂ ਨੂੰ ਨਾ ਪੰਜਾਬ ਦੇ ਯੂਟਿਊਬਰਾਂ ਨੂੰ, ਬਿਗ ਬੋਸ ਦੀ ਔਫਰ ਆਈ ਅਤੇ ਮੇਰੇ ਪਿੱਛੇ ਪਏ ਨੇ, ਉਹਨਾਂ ਨੇ ਕਿਹਾ ਕੋਂਟਰਵਰਸੀ ਕਰੋ ਤਾਂ ਤੁਹਾਨੂੰ ਸਾਈਨ ਕਰਾਂਗੇ, ਅਤੇ ਲੱਭ ਰਹੇ ਵੀ ਕਿਹੜਾ ਬੰਦਾ ਬੋਲ ਪੈਂਦਾ ਸਾਡੇ ਤੇਰੇ ਜਲਦੀ, ਵੀ ਜਿਹੜਾ ਲੜਦਾ ਜ਼ਿਆਦਾ ਜਿੱਦ ਮਾੜਾ ਜਿਹਾ ਬੋਲੋ, ਉਹਨੇ ਵੇਖਿਆ ਇਟਲੀ ਵਾਲਾ, ਇੱਕ ਦੋ ਬੰਦੇ ਨੇ ਮੇਰੇ 'ਤੇ ਬੋਲਿਆ, ਪਤਾ ਕਰ ਤੂੰ, ਸਿਰਫ ਬਿਗ ਬੋਸ ਦੀ ਔਫਰ ਆਈ, ਸਮਝ ਤੁਸੀਂ ਗਏ ਹੋ ਸਿਆਣੇ ਤੁਸੀਂ ਬਹੁਤ, ਲਾਸਟ ਵੀਡੀਓ 'ਚ ਦਿਖਾਤਾ ਤੁਹਾਨੂੰ ਜਾਂਦੇ ਜਾਂਦੇ ਆਹ ਕਪਲ, ਅਤੇ ਇਹਦਾ ਤਾਂ ਰੱਬ ਹੀ ਹੈ, ਇਹ ਬੁੱਢੇ ਬੰਦਿਆਂ ਦਾ ਬੁੱਢੀ ਘੋੜੀ ਦੇ, ਚਲੋ ਠੀਕ ਹੈ ਯਾਰ ਕਰੋ ਸਾਰਾ ਕੁਛ ਸਿਸਟਮ ਹੈ, ਪਰ ਇਹਨਾਂ ਦੇ ਕੰਮ ਵੇਖੋ ਸ਼ੋਪਿੰਗ ਮੋਲ ਦੇ ਵਿੱਚ, ਹੱਲ ਵੀ ਕਰਨਾ ਕੋਈ ਸਟੂਡੀਓ ਬੁੱਕ ਕਰ ਲਾ, ਕਿਤੇ ਸੈੱਟ ਲਾ ਲਾ, ਕਦੀ ਵੇਖਿਆ ਦਲਜੀਤ ਦੋਸਾਂਝ ਨੂੰ ਮਾਰਕੀਟਾਂ ਦੇ ਵਿੱਚ ਇੱਦਾਂ ਭੱਜਦਾ ਹੋਵੇ, ਉਹ ਹੋਟਲ ਦੇ ਵਿੱਚ ਜੇ ਕਰਦਾ ਵੀ ਆਪਣੇ ਕਮਰੇ 'ਚ ਰਹਿ ਕੇ ਇੱਦਾਂ ਦੀਆਂ ਹਰਕਤਾਂ ਕਰਦਾ, ਅਤੇ ਆਹ ਵੇਖੋ ਉਹ ਹੋਟਲਾਂ 'ਚ ਕਰਨਗੇ ਆਪਣੇ ਨਾ ਦਾਇਰੇ 'ਚ ਰਹਿ ਕੇ, ਅਤੇ ਇਹ ਵੇਖੋ ਸ਼ਰਮ ਲੋਕਾਂ ਸਾਹਮਣੇ ਆਪਣੀਆਂ ਜਨਾਨੀਆਂ ਨੂੰ ਘੜੀਸ ਰਹੇ ਹੈ, ਉਹ ਤੇਰੇ 'ਚ ਅਕਲ ਹੈ, ਉਹ ਅਕਲ ਨਾਂ ਦੀ ਸ਼ਾਇਦ ਤੇਰੇ 'ਚ ਹੈ ਕਿ ਭੈਣ ਜੇ ਵੇਚ ਕੇ ਕੈਮਰਾ ਲੈ ਲਿਆ, ਕੈਮਰਾ ਲੈ ਲਿਆ ਵਲੋਗ ਬਣਾਉਣ ਨੂੰ, ਕੋਈ ਅਕਲ ਨੂੰ ਹੱਥ ਮਾਰ, ਫਿਰ ਭੈਣ ਚੋਂ ਇਟਲੀ ਵਾਲਾ ਗਾਲਾਂ ਕੱਢਦਾ, ਜਿਨ੍ਹਾਂ ਨੂੰ ਵੀ ਰੋਸਟ ਕੀਤਾ ਕਿਸੇ ਵੀ ਭੈਣ ਭਰਾ ਨੇ ਉਹਨੂੰ ਜਾ ਕੇ ਕੋਈ ਵੀ ਕਮੈਂਟ ਆ, ਜਿਹਨਾਂ ਨੂੰ ਗਾਲੀ ਗਲੋਚ ਨਹੀਂ ਕੱਢਣੀ, ਤੁਹਾਡਾ ਭਰਾ ਹੈ ਨਾ, ਆਪਾਂ ਨਹੀਂ ਕਿਸੇ ਨੂੰ ਹੇਠ ਦੇਣੀ, ਜਿੰਨੇ ਵੀ ਕੋਈ ਵੀ ਆਪਣੇ ਦਿਲ ਦੀ ਭੜਾਸ ਕੱਢਣੀ, ਕਮੈਂਟ ਮੈਂ ਹੁਣ ਕੀਤੇ ਨੇ, ਆਓ ਵਿੱਚ ਕਮੈਂਟਾਂ ਨੇ, ਸਾਰੇ ਇੱਥੇ ਆਉਂਦੇ ਨੇ, ਸਾਰੇ ਵਲੋਗਰ ਇੱਥੇ ਆ ਕੇ ਚੈੱਕ ਕਰਕੇ ਜਾਂਦੇ ਨੇ ਵੀ ਸਾਡੇ ਬਾਰੇ ਕੌਣ ਬੋਲ ਰਿਹਾ, ਇਕੱਲੀ ਇਕੱਲੀ ਰਿਪੋਰਟ ਹੁੰਦੀ, ਇਸ ਕਰਕੇ
ਕਿਸੇ ਦੇ ਆਪਾਂ ਚੈਨਲ ਤੇ ਨਹੀਂ ਜਾਣਾ, ਤੁਹਾਡੇ ਭਰਾ ਦਾ ਚੈਨਲ ਤੁਹਾਡਾ ਆਪਣਾ ਹੀ ਚੈਨਲ ਹੈ, ਇੱਥੇ ਜਿੱਦਾਂ ਮਰਜ਼ੀ ਉਹਨਾਂ ਦੀ ਮਾਂ ਭੈਣੇ ਕਰੋ ਅਤੇ ਕਿਸੇ ਨੂੰ ਕੋਈ ਹੇਟ ਨਹੀਂ, ਮਿਲ ਕੇ ਰਹੋ, ਸਾਡੀ ਦੁਆ ਇਹੀ ਹੈ ਭਿੰਦਰ ਕਿਰਤ ਵਾਪਸ ਆਉਣ ਅਤੇ ਆਉਣਾ ਹੀ ਹੈ, ਨੋਰਮਲ ਗੱਲ ਹੈ, ਸਾਰਿਆਂ ਨੂੰ ਪਤਾ ਪ੍ਰੈਂਕ ਹੈ, ਪਰ ਇੱਦਾਂ ਦੇ ਪ੍ਰੈਂਕ ਨਾ ਕਰਿਆ ਕਰੋ ਜਿਹੜੇ ਬਹੁਤੇ ਸੀਰੀਅਸ ਹੁੰਦੇ ਨੇ ਨਾ, ਬਾਕੀ ਆਓ ਵਲੋਗਿੰਗ ਨਾ ਕਰੋ, ਇਹਨਾਂ ਇਹਦਾ ਖੇੜਾ ਛੱਡੋ, ਕੋਈ ਚੰਗਾ ਕੰਟੈਂਟ ਲੈ ਕੇ ਆਓ ਜਿਹਦੇ ਨਾਲ ਕੋਈ ਮਹੀਨੇ ਬਾਅਦ, ਕੋਈ 6 ਮਹੀਨਿਆਂ ਬਾਅਦ ਤੁਸੀਂ ਸਮਾਜ ਨੂੰ ਕੋਈ ਵਧੀਆ ਮੈਸੇਜ ਵੀ ਦੇਤਾ, ਨਾਲੇ ਹਾਸੀ ਮਜ਼ਾਕ ਵੀ ਕੀਤੀ ਹੈ, ਇੰਟਰਟੇਨਮੈਂਟ ਵੀ ਕੀਤਾ, ਬਾਲੀਵੁੱਡ ਤੱਕ ਜਾਓ, ਫਿਲਮਾਂ 'ਚ ਆਓ, ਸਾਡੀ ਇਹੀ ਦੁਆ ਹੈ ਜਿਉਂਦੇ ਵਸਦੇ ਰਹੋ, ਰੱਬ ਰੱਖਾ ਸਾਰਿਆਂ ਦਾ।